ਤੁਸੀਂ ਬਹੁਤ ਆਸਾਨੀ ਨਾਲ ਚੁੰਬਕੀ ਸੂਈ ਬਣਾ ਸਕਦੇ ਹੋ। ਇਸ ਲਈ ਤੁਹਾਨੂੰ ਇੱਕ ਲੰਬੀ ਸੂਈ, ਇੱਕ ਸ਼ਕਤੀਸ਼ਾਲੀ ਚੁੰਬਕ ਅਤੇ ਦੋ ਸਟਾਇਰੋਫੋਮ ਗੇਂਦਾਂ ਚਾਹੀਦੀਆਂ ਹਨ। ਲੰਬੀ ਸੂਈ ਨੂੰ ਆਪਣੇ ਹੱਥ ਵਿੱਚ ਫੜੋ ਅਤੇ ਚੁੰਬਕ ਉੱਪਰ ਖੱਬੇ ਤੋਂ ਸੱਜੇ ਰਗੜੋ। ਚੁੰਬਕ ਉੱਪਰ ਚੱਕੋ, ਦੁਬਾਰਾ ਖੱਬੇ ਤੋਂ ਸੱਜੇ ਰਗੜੋ। ਚੁੰਬਕ ਨੂੰ ਸੂਈ ਨਾਲ 15-20 ਵਾਰ ਰਗੜੋ ਤਾਂ ਸੂਈ ਚੁੰਬਕੀ ਬਣ ਜਾਵੇਗੀ। ਫਿਰ ਸੂਈ 'ਤੇ ਦੋਨੋਂ ਪਾਸਿਆਂ 'ਤੇ ਸਟਾਇਰੋਫੋਮ ਗੇਂਦਾਂ ਲਗਾ ਦਿਓ। ਇਸ ਨਾਲ ਸੂਈ ਪਾਣੀ ਦੇ ਡੋਂਗੇ ਵਿੱਚ ਤੈਰਨ ਲੱਗ ਜਾਏਗੀ। ਸੂਈ ਨੂੰ ਆਪਣੇ ਪਾਣੀ ਦੇ ਡੋਂਗੇ ਵਿੱਚ ਰੱਖੋ। ਤੁਸੀਂ ਦੇਖ ਕੇ ਹੈਰਾਨ ਹੋਵੋਗੇ ਕਿ ਸੂਈ ਆਪਣੇ ਆਪ ਉੱਤਰ ਦੱਖਣ ਦਿਸ਼ਾ ਵੱਲ ਹੋ ਜਾਏਗੀ। ਇਹ ਚੁੰਬਕੀ ਕੰਪਸ ਨਾਲ ਵੀ ਸਿੱਧ ਹੋ ਸਕਦਾ ਹੈ ਜਾਂ ਕੀਤਾ ਜਾ ਸਕਦਾ ਹੈ।